ਫਰੀਦਕੋਟ ਦੀ ਮਾਡਰਨ ਜੇਲ੍ਹ 'ਚ ਬੰਦ ਕੈਦੀਆਂ ਤੋਂ ਮੋਬਾਈਲ ਫੋਨ ਬਰਾਮਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੇਕਰ ਨਵੇਂ ਮਾਮਲੇ ਦੀ ਗੱਲ ਕਰੀਏ ਤਾਂ ਇੱਕ ਵਾਰ ਫੇਰ ਜੇਲ੍ਹ ਅੰਦਰ ਵੱਖ ਦੈਰਕਾਰੀ ਤਲਾਸ਼ੀ ਦੌਰਾਨ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਤੋਂ 6 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਸ ਨੂੰ ਲੈ ਕੇ 5 ਹਵਾਲਾਤੀਆਂ ਖਿਲਾਫ ਅਤੇ 1 ਮਹਿਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਾਡੇ ਕੋਲ ਕੱਲ ਜੇਲ੍ਹ ਡਿਪਾਰਟਮੈਂਟ ਵੱਲੋਂ 5 ਲੈਟਰ ਮਸੂਲ ਹੋਏ ਹੈ, ਜਿਨ੍ਹਾਂ ਵਿੱਚੋਂ 4 ਲੈਟਰਾਂ ਵਿੱਚ ਜਿਹੜੇ ਹਵਾਲਾਤੀ ਹੈ, 5 ਹਵਾਲਾਤੀ ਨੇ ਉਹਨਾਂ ਕੋਲੋਂ ਮੋਬਾਈਲ ਬਰਾਮਦ ਹੋਏ ਹੈ, ਜਿਹੜੇ 4 ਮੁਕੱਦਮੇ ਦਰਜ ਕੀਤੇ ਹੈ। ਇੱਕ ਮੁਕੱਦਮਾ ਦਰਜ ਹੋਇਆ ਲੇਡੀ ਵੀਰਪਾਲ ਕੌਰ ਨੇ ਪਿੰਡ ਸਾਲਮਖੇੜਾ ਤੋਂ, ਉਹ ਆਪਣੇ ਭਾਈ ਲਖਵਿੰਦਰ ਸਿੰਘ ਆ ਜੋ ਜੇਲ੍ਹ ਦੇ ਵਿੱਚ ਆ, ਉਹਨੂੰ ਅੱਜ ਭਰਾ ਨੂੰ ਮਿਲਣ ਵਾਸਤੇ ਆਈ ਸੀਗੀ, ਉਹਦੇ ਕੱਪੜੇ ਦੀ ਤਲਾਸ਼ੀ ਦੌਰਾਨ ਮੋਬਾਈਲ ਮਿਲਿਆ, ਉਹਦੇ ਖਿਲਾਫ਼ ਮੁਕੱਦਮਾ ਦਰਜ ਹੋਇਆ। ਸਰ ਇਹ ਕਿਹੜਾ ਮਾਮਲਾ, ਕਿਹੜੀ ਧਾਰਾ ਦੇ ਵਿੱਚ ਹੁੰਦਾ ਦਰਜ? ਇਹ 42-52 ਜੇਲ੍ਹ ਐਕਟ ਦੇ ਹੁੰਦੇ ਮੁਕੱਦਮੇ ਜੀ।